ਦੀ ਆਜ਼ਾਦੀ ਬਾਰੇ ਲੇਖ ਬੋਲਣ ਜਾ ਰਹੇ ਹਾਂ। ਭਾਰਤ ਵਿੱਚ ਆਜ਼ਾਦੀ ਦਿਵਸ 15 ਅਗਸਤ ਨੂੰ ਹਰ ਸਾਲ ਕੌਮੀ ਛੁੱਟੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਦੋਂ ਲੋਕ ਬ੍ਰਿਟਿਸ਼ ਰਾਜ ਤੋਂ ਸਾਡੇ ਰਾਸ਼ਟਰ ਦੀ ਆਜ਼ਾਦੀ ਦੀ ਲੰਬੀ ਘਟਨਾ ਯਾਦ ਕਰਦੇ ਹਨ, ਆਜ਼ਾਦੀ ਦੇ ਅੰਦੋਲਨ ਦੇ ਬਹੁਤ ਸਮੇਂ ਬਾਅਦ ਭਾਰਤ ਨੂੰ 15 ਅਗਸਤ ਨੂੰ ਆਜ਼ਾਦੀ ਮਿਲੀ, ਜਿਸ ਦੌਰਾਨ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ। ਆਜ਼ਾਦੀ ਤੋਂ ਬਾਅਦ 1947 ਵਿੱਚ ਜਵਾਹਰ ਲਾਲ ਨਹਿਰੂ 17 ਅਗਸਤ ਨੂੰ ਪਹਿਲੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੇ ਦਿੱਲੀ ਵਿੱਚ ਲਾਹੌਰ ਗੇਟ ਨੇੜੇ ਲਾਲ ਕਿਲ੍ਹੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਰਾਸ਼ਟਰੀ ਝੰਡਾ ਲਹਿਰਾਉਣ ਦੇ ਅਤੇ ਰਾਸ਼ਟਰੀ ਗੀਤ ਗਾ ਕੇ ਵਿਦਿਆਰਥੀਆਂ, ਅਧਿਆਪਿਕਾ, ਮਾਪਿਆਂ ਅਤੇ ਹੋਰ ਲੋਕ ਆਜ਼ਾਦੀ ਦਿਵਸ ਮਨਾਉਣ ਲਈ ਇਕੱਠੇ ਹੁੰਦੇ ਹਨ। ਹਰ ਲੋਕ ਆਪਣੇ ਦਿਨੇ ਦੇ ਅਨੁਸਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਵੇਖਦੇ ਹਨ। ਪਰਿਵਾਰ ਦੇ ਨਾਲ ਘਰ ਤੋਂ ਬਾਹਰ ਜਾ ਕੇ ਦੋਸਤਾਂ ਨਾਲ ਮਿਲਦੇ ਹਨ ਜਾਂ ਜਨਤਕ ਥਾਵਾਂ 'ਤੇ ਆਯੋਜਿਤ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਧੰਨਵਾਦ।